ਪੁਰਾਤਨ ਰਵਾਇਤੀ ਡੋਰਾਂ ਜੋ ਤਿਆਰ ਕੀਤੀਆਂ ਜਾਂਦੀਆਂ ਸੀ, ਜੋ ਅਕਸਰ ਅੱਡੇ ਲੱਗਦੇ ਸੀ ਬਾਜ਼ਾਰਾਂ ਦੇ ਵਿੱਚ, ਸੜਕਾਂ ਦੇ ਕਿਨਾਰੇ, ਫੁੱਟਪਾਥਾਂ 'ਤੇ, ਉਹ ਵੀ ਅਲੋਪ ਹੁੰਦੇ ਹੋਏ ਵਿਖਾਈ ਦਿੱਤੇ। ਬਹੁਤ ਜ਼ਿਆਦਾ ਭਾਅ ਜੀ ਪੈ ਗਿਆ ਜੇ ਫਰਕ, ਹੁਣ ਤਾਂ ਬਹੁਤ ਜ਼ਿਆਦਾ ਹੀ ਪਿਆ ਜੇ। ਚਾਈਨਾ ਡੋਰ 'ਤੇ ਇੰਨਾ ਨੁਕਸਾਨ ਆ ਜਿਹੜਾ ਕੋਈ ਹਿਸਾਬ ਨਹੀਂ ਆ। ਮੈਂ ਤੇਰੇ ਅੰਕਲ ਦੇ ਨਾਲ ਰਹੀ ਹਾਂ, ਆਪ ਮਿਹਨਤ ਮਨਜ਼ੂਰੀ ਕਰਨ, ਦੋ ਤਿੰਨ ਮੁੰਡੇ ਰੱਖੇ ਆ ਕਿੱਥੇ, ਸਾਡੇ ਕੋਲ ਦਸ ਦਸ ਪੰਦਰਾਂ ਪੰਦਰਾਂ ਮੁੰਡੇ ਹੁੰਦੇ ਸੀ ਕੰਮ ਕਰਨ ਵਾਸਤੇ, ਇਹ ਚਾਈਨਾ ਡੋਰ ਨੇ ਫੜ ਕੇ ਸਤਿਆਨਾਸ਼ ਕਰਕੇ ਰੱਖ ਦਿੱਤਾ। ਤੁਹਾਡੇ ਪਰਿਵਾਰ ਦੇ ਵਿੱਚ ਵੀ ਚਾਹ ਹੁੰਦਾ ਜੀ ਕਿ ਲੋਹੜੀ ਆ ਰਹੀ ਹੈ, ਅਸੀਂ ਸਭ ਨੇ ਮਿਲ ਕੇ ਡੋਰਾਂ ਲਾਉਣੀਆਂ, ਉਹਨੂੰ ਤਿਆਰ ਕਰਨਾ, ਮਾਝਾ ਤਿਆਰ ਕਰਨਾ, ਤਾਂ ਕਹਿ ਸਕਦੇ ਹਾਂ ਕਿ ਉਹ ਸਭ ਹੁਣ ਰੌਣਕਾਂ ਖੋਦੀਆਂ ਵੀ ਅਲੋਪ ਹੋ ਗਈ। ਹੁਣ ਤਾਂ ਰੌਣਕਾਂ ਮਾਂ ਰਾਜ ਉਹਨਾਂ ਨੂੰ ਬੰਦ ਕਰਦੇ, ਚਾਈਨਾ ਡੋਰ 'ਤੇ ਰੌਣਕਾਂ ਫਿਰ ਲੱਗਣ ਗਈਆਂ। ਇਹੋ ਧਾਗੇ ਦਾ ਇਸਤੇਮਾਲ ਹੋਵੇ ਜਿਸ ਤਰ੍ਹਾਂ ਅੱਗੇ ਹੁੰਦਾ ਸੀ, ਉਸੇ ਤਰ੍ਹਾਂ ਹੀ ਫੇਰ ਹੋਵੇ। ਦੇਸ਼ ਭਰ ਦੇ ਵਿੱਚ ਜਿੱਥੇ ਕਿ ਮਕਰ ਸੰਕ੍ਰਾਂਤੀ ਦਾ ਦਿਹਾੜਾ ਬੜੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ, ਅਤੇ ਗੁਰੂ ਨਗਰੀ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇੱਥੇ ਜੋ ਇੱਕ ਦਿਨ ਪਹਿਲਾਂ ਲੋਹੜੀ ਦਾ ਤਿਉਹਾਰ ਆਉਂਦਾ, ਉਸ ਦੀਆਂ ਅਨੋਖੀਆਂ ਜੋ ਰੌਣਕਾਂ ਉਹ ਦੇਖਣ ਨੂੰ ਮਿਲਦੀਆਂ। ਨੌਜਵਾਨ ਛੱਤਾਂ 'ਤੇ ਚੜ੍ਹ ਕੇ ਪਤੰਗਬਾਜ਼ੀ ਕਰਦੇ ਨੇ ਔਰ ਇਸ ਦਿਨ ਦਾ ਆਨੰਦ ਮਾਣਦੇ ਨੇ। ਪਰ ਬੀਤੇ ਕੁਝ ਸਾਲ ਤੋਂ ਜੋ ਚਾਈਨੀਜ਼ ਡੋਰ ਦੇ ਆਗਮਨ ਕੀਤਾ, ਉਸ ਦੇ ਨਾਲ ਜਿੱਥੇ ਕਿ ਕਈਆਂ ਨੇ ਆਪਣੀਆਂ ਜਾਨਾਂ ਵੀ ਗਵਾਲੀਆਂ ਨੇ ਅਤੇ ਕਈ ਲੋਕ ਵੀ ਬੁਰੀ ਤਰ੍ਹਾਂ ਇਸ ਨਾਲ ਜ਼ਖਮੀ ਵੀ ਹੋਏ ਨੇ। ਕਹਿ ਸਕਦੇ ਹਾਂ ਕਿ ਉਹ ਰੌਣਕਾਂ ਨੂੰ ਹੁਣ ਨਜ਼ਰ ਲੱਗਦੀ ਹੋਈ ਵਿਖਾਈ ਦਿੰਦੀ ਹੈ, ਪਰ ਉੱਥੇ ਹੀ ਜੋ ਪੁਰਾਤਨ ਰਵਾਇਤੀ ਡੋਰਾਂ ਜੋ ਤਿਆਰ ਕੀਤੀਆਂ ਜਾਂਦੀਆਂ ਸੀ, ਜੋ ਅਕਸਰ ਅੱਡੇ ਲੱਗਦੇ ਸੀ ਬਾਜ਼ਾਰਾਂ ਦੇ ਵਿੱਚ, ਸੜਕਾਂ ਦੇ ਕਿਨਾਰੇ, ਫੁੱਟਪਾਥਾਂ 'ਤੇ, ਉਹ ਵੀ ਅਲੋਪ ਹੁੰਦੇ ਹੋਏ ਵਿਖਾਈ ਦਿੱਤੇ। ਇਸ ਵਕਤ ਮੌਜੂਦ ਆ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਵਿਖੇ, ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਕ ਡੋਰਾਂ ਦਾ ਇਹ ਅੱਡਾ ਹੈ ਜਿਸ ਨੂੰ ਕਿ ਪੰਜਾਬੀ ਭਾਸ਼ਾ 'ਚ ਅੱਡਾ ਕਿਹਾ ਜਾਂਦਾ, ਔਰ ਇੱਥੇ ਪੁਰਾਤਨ ਜੋ ਰਵਾਇਤੀ ਡੋਰਾਂ ਨੇ ਜਿਸ ਨਾਲ ਪਹਿਲਾਂ ਲੋਕ ਪਤੰਗਬਾਜ਼ੀ ਦਾ ਆਨੰਦ ਮਾਣਦੇ ਸੀ, ਤਾਂ ਉਹ ਡੋਰਾਂ ਇੱਥੇ ਤਿਆਰ ਕੀਤੀਆਂ ਜਾਂਦੀਆਂ ਨੇ। ਔਰ ਲਗਭਗ ਕਹਿ ਦਈਏ ਤਾਂ ਲੋਹੜੀ ਤੋਂ ਦੋ ਦੋ ਚਾਰ ਚਾਰ ਮਹੀਨੇ ਪਹਿਲਾਂ ਹੀ ਕਾਰੀਗਰ ਇਸ ਕਿੱਤੇ ਨੂੰ ਹੋਰ ਤੇਜ਼ੀ ਨਾਲ, ਰਫ਼ਤਾਰ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ। ਪਰ ਬਦਲਦੇ ਹਾਲਾਤਾਂ ਦੇ ਨਾਲ ਇਸ ਕਿੱਤੇ ਨੂੰ ਅਜਿਹੀ ਮਾਰ ਪਈ ਹੈ ਕਿ ਜੋ ਪਰਿਵਾਰ ਇਸ ਕੰਮ ਵਿੱਚ ਰੁੱਝੇ ਸੀ, ਉਹ ਹੁਣ ਇਸ ਤੋਂ ਹਟਦੇ ਹੋਏ ਇਸ ਤੋਂ ਦੂਰ ਹੁੰਦੇ ਵਿਖਾਈ ਦਿੰਦੇ ਨੇ। ਸਾਡੇ ਨਾਲ ਇੱਥੋਂ ਦੇ ਜੋ ਵਿਕਰੇਤਾ ਰਾਣੀ ਮੌਜੂਦ ਨੇ, ਜਿਨ੍ਹਾਂ ਨਾਲ ਗੱਲਬਾਤ ਕਰਦੇ ਹਾਂ, ਜੋ ਕਿ ਖੁਦ ਕਹਿ ਸਕਦੇ ਹਾਂ ਕਿ 60 ਸਾਲ ਤੋਂ ਇਹਨਾਂ ਦੀ ਉਮਰ ਵਧੇਰੇ ਆ, ਅਤੇ ਅੱਜ ਵੀ ਜੋ ਇਹ ਰਵਾਇਤੀ ਡੋਰਾਂ ਉਹ ਤਿਆਰ ਕਰਦੇ ਆ ਰਹੇ ਨੇ ਆਪਣੇ ਪਤੀ ਦੇ ਮਦਦ ਦੇ ਨਾਲ, ਤਾਂ ਗੱਲਬਾਤ ਕਰ ਲੈਂਦੇ ਹਾਂ। ਜੋ ਪਹਿਲਾਂ ਇੱਕ ਦੌਰ ਸੀਗਾ ਜੋ ਅਕਸਰ ਇਹ ਡੋਰਾਂ ਦੀ ਵਿਕਰੀ ਬੜੇ ਵੱਡੇ ਪੱਧਰ 'ਤੇ ਹੁੰਦੀ ਸੀਗੀ, ਹੁਣ ਚਾਈਨੀਜ਼ ਡੋਰਾਂ ਆਉਣ ਤੋਂ ਬਾਅਦ ਕਿੰਨਾ ਕੁ ਫਰਕ ਪਿਆ ਇਸ ਕੰਮ 'ਤੇ? ਬਹੁਤ ਜ਼ਿਆਦਾ ਭਾਅ ਜੀ ਪੈ ਗਿਆ ਜੇ ਫਰਕ, ਹੁਣ ਤਾਂ ਬਹੁਤ ਜ਼ਿਆਦਾ ਹੀ ਪਿਆ ਜੇ। ਚਾਈਨਾ ਡੋਰ 'ਤੇ ਇੰਨਾ ਨੁਕਸਾਨ ਆ ਜਿਹੜਾ ਕੋਈ ਹਿਸਾਬ ਨਹੀਂ ਆ, ਪਰ ਲੋਕ ਅਜੇ ਨਹੀਂ ਬਾਜ਼ ਆਉਂਦੇ, ਸਾਡੇ ਅੱਡੇ 'ਤੇ ਆ ਕੇ ਪੁੱਛਦੇ ਆ ਚਾਈਨਾ ਡੋਰ ਦਿਓ ਸਾਨੂੰ, ਚਾਈਨਾ ਦਿਓ। ਅਸੀਂ ਆਹ ਜਿੱਥੇ ਮਿਲ ਜੀ ਉੱਥੇ ਜਾਓ, ਚਾਈਨਾ ਡੋਰ ਸਾਡੇ ਕੋਲ ਚਾਈਨਾ ਡੋਰ ਨਹੀਂ ਹੈਗੇ, ਸਾਡੀ ਤਾਂ ਸ਼ੁਰੂ ਤੋਂ ਧਾਗੇ ਨਹੀਂ ਚੱਲਦੀ ਆ। ਇਹੋ ਧਾਗਾ ਵਰਤੋ, ਉਹਦਾ ਨੁਕਸਾਨ ਬਹੁਤ ਆ, ਕਿੰਨੇ ਲੋਕਾਂ ਦੇ ਗਲੇ ਕੱਟੇ ਜਾਂਦੇ ਆ, ਕਿਸੇ ਦਾ ਕੁਛ ਹੋ ਜਾਂਦਾ ਨੁਕਸਾਨ, ਕਿਸੇ ਦਾ ਕੁਛ ਹੋ ਜਾਂਦਾ। ਬਹੁਤ ਹੀ ਘਾਤਕ ਡੋਰ ਹੈ, ਇਸ ਨਾਲ ਕਿ ਲੋਕਾਂ ਨੂੰ ਵੀ ਪਤਾ ਕਿਸ ਦੇ ਨੁਕਸਾਨ ਨੇ ਜੋ ਚਾਈਨੀਜ਼ ਡੋਰ ਹੈ। ਪਰ ਰਵਾਇਤੀ ਜੋ ਡੋਰਾਂ ਸੀਗੀਆਂ, ਜੋ ਇੱਕ ਰੌਣਕਾਂ, ਇੱਕ ਤੁਹਾਡੇ ਪਰਿਵਾਰ ਦੇ ਵਿੱਚ ਵੀ ਚਾਹ ਹੁੰਦਾ ਸੀ ਕਿ ਲੋਹੜੀ ਆ ਰਹੀ ਹੈ, ਅਸੀਂ ਸਭ ਨੇ ਮਿਲ ਕੇ ਡੋਰਾਂ ਲਾਉਣੀਆਂ, ਉਹਨੂੰ ਤਿਆਰ ਕਰਨਾ, ਮਾਝਾ ਤਿਆਰ ਕਰਨਾ, ਤਾਂ ਕਹਿ ਸਕਦੇ ਹਾਂ ਕਿ ਉਹ ਸਭ ਹੁਣ ਰੌਣਕਾਂ ਖੋਦੀਆਂ ਵੀ ਅਲੋਪ ਹੋ ਗਈ। ਹੁਣ ਤਾਂ ਰੌਣਕਾਂ ਮਾਂ ਰਾਜ ਉਹਨਾਂ ਨੂੰ ਬੰਦ ਕਰਦੇ, ਚਾਈਨਾ ਡੋਰ 'ਤੇ ਰੌਣਕਾਂ ਫਿਰ ਲੱਗਣ ਗਈਆਂ। ਇਹੋ ਧਾਗੇ ਦਾ ਇਸਤੇਮਾਲ ਹੋਵੇ ਜਿਸ ਤਰ੍ਹਾਂ ਅੱਗੇ ਹੁੰਦਾ ਸੀ, ਉਸੇ ਤਰ੍ਹਾਂ ਹੀ ਫੇਰ ਹੋਵੇ, ਚਾਈਨਾ ਬੰਦ ਕੀਤੀ ਜਾਵੇ ਬਸ। ਪਰਿਵਾਰ ਦੇ ਵਿੱਚ ਹੁਣ ਹਾਲਾਤ ਕਿੱਦਾਂ ਦੇ ਨੇ? ਜੇ ਗੱਲ ਕਰੀਏ ਤਾਂ ਜੋ ਚਾਈਨੀ ਡੋਰ ਦਾ ਜੋ ਆਪਣੇ ਤੁਹਾਡੇ ਰੁਜ਼ਗਾਰ 'ਤੇ ਜਮਾਰ ਪਈ ਹੈ, ਮਾਂਝਾ ਡੋਰ ਜੋ ਤਿਆਰ ਕੀਤੀ ਜਾਂਦੀ ਹੈ, ਇਸ ਨਾਲ ਕਿੰਨਾ ਕੁ ਫਰਕ ਪਿਆ? ਹੁਣ ਤਾਂ ਬਹੁਤ ਜ਼ਿਆਦਾ ਅੱਗੇ ਨਾਲੋਂ ਫਰਕ, ਜੇ ਹੁਣ ਚੱਲੇ ਗਿਆ ਕਿਤੇ ਡੋਰ, ਗਾਹਕ ਜਿਹੜੇ ਸਾਡੇ ਤਾਂ ਕਿਤੇ ਇੱਥੇ ਲੈਣਾ ਲੱਗੀਆਂ ਹੁੰਦੀਆਂ ਸੀ, ਕਿਤੇ ਵਾਰ ਨਹੀਂ ਸੀ ਆਉਂਦੀ ਵੀ, ਮਤਲਬ ਇਹ ਡੋਰ ਨੂੰ ਇੰਨਾ ਰਸ਼ ਹੁੰਦਾ ਸੀ। ਜਿਹੜੇ ਹੁਣ
ਲੋਕ ਤੇ ਚਾਈਨਾ ਦੇ ਪਿੱਛੇ ਪਏ ਆ, ਭਾਵੇਂ ਜਾਨਾ ਜਾਣ ਤੇ ਨਾ ਜਾਣ, ਲੋਕੀ ਚਾਈਨਾ ਦੇ ਪਿੱਛੇ ਪਏ ਆ। ਮਹਿੰਗਾਈ ਨੂੰ ਕਿਸ ਤਰ੍ਹਾਂ ਦੇਖਦੇ ਹੋ? ਹਾਂਜੀ, ਮਹਿੰਗਾਈ ਨੂੰ ਕਿਸ ਤਰ੍ਹਾਂ ਦੇਖਦੇ? ਮਹਿੰਗਾਈ ਤੇ ਵੇਖੋ, ਇੰਨੀ ਮਹਿੰਗਾਈ ਹੋ ਗਈ ਆ ਨਾ, ਕੋਈ ਜਿਹੜੀ ਹਿਸਾਬ ਨਹੀਂ ਆ। ਮਹਿੰਗਾਈ ਤੁਹਾਨੂੰ ਦੱਸਿਆ ਨਾ ਵੀ ਇੰਨੀ ਮਹਿੰਗਾਈ ਹੋਈ ਆ। ਆ ਜਿਹੜਾ ਆਪਾਂ 500 ਦਾ ਨੋਟ ਲੈ ਕੇ ਜਾਂਦੇ, ਉਹ 100 ਵਰਗਾ ਹੋ ਗਿਆ, ਆਉਂਦਾ ਹੀ ਕੱਖ ਨਹੀਂ 500 ਦਾ। ਮੈਂ ਤਾਂ ਇਹਦੇ ਅੰਕਲ ਦੇ ਨਾਲ ਡਈ ਹਾਂ ਆਪ ਮਿਹਨਤ ਮਨਜ਼ੂਰੀ ਕਰਨ, ਦੋ ਤਿੰਨ ਮੁੰਡੇ ਰੱਖੇ ਆ ਕਿੱਥੇ, ਸਾਡੇ ਕੋਲ 10-10, 15-15 ਮੁੰਡੇ ਹੁੰਦੇ ਸੀ ਕੰਮ ਕਰਨ ਵਾਸਤੇ। ਇਹ ਚਾਈਨਾ ਡੋਰ ਨੇ ਫੜ ਕੇ ਸਤਿਆਨਾਸ਼ ਕਰਕੇ ਰੱਖ ਦਿੱਤਾ। ਤੁਹਾਨੂੰ ਇਸ ਤਰ੍ਹਾਂ ਅਕਸਰ ਗੱਲ ਕਰੀਏ ਤਾਂ ਮਹਿਲਾਵਾਂ ਘਰ ਵਿੱਚ ਘਰ ਰਸੋਈ ਨੂੰ ਸਾਂਭਦੀਆਂ ਹੀ ਵਿਖਾਈ ਦਿੰਦੀਆਂ ਨੇ, ਪਰ ਤੁਸੀਂ ਅੱਜ ਇੱਥੇ ਅੱਡੇ 'ਤੇ ਆ ਕੇ ਜੋ ਡੋਰ ਆ, ਰਿਵਾਇਤੀ ਡੋਰ ਤਿਆਰ ਕੀਤੀ ਜਾਂਦੀ ਹੈ, ਉਸਨੂੰ ਆਪਣੇ ਪਤੀ ਦੀ ਮਦਦ ਨਾਲ ਤਿਆਰ ਕਰ ਰਹੇ ਹੋ, ਕੀ ਹਾਲਾਤ ਅਜਿਹੇ ਪਏ ਕਿ ਖੁਦ ਕੰਮ ਵਿੱਚ ਉਤਰਨਾ ਪਿਆ? ਸਾਨੂੰ ਆਪ ਇਹਨਾਂ ਚਾਈਨਾ ਨੇ ਮਾਰ ਐਸੋ ਹੀ ਮਾਰੀ, ਇਹ ਕੰਮ ਬੰਦ ਕਰ ਦਿੱਤਾ ਸੀ। ਅਸੀਂ ਤਾਂ ਆਪ ਮਿਹਨਤ ਮਨਜ਼ੂਰੀ ਕਰਦੇ ਹਾਂ ਅਤੇ ਹੁਣ ਕੰਮ ਸਾਡਾ ਚੱਲਿਆ। ਅਸੀਂ ਤਾਂ 10-10, 15-15 ਬੰਦੇ ਤੁਹਾਨੂੰ ਦੱਸਿਆ ਹੁੰਦੇ ਸੀ, ਉਹਨਾਂ ਦੀ ਬਸ ਚਾਹ ਘੱਲ ਦਿੱਤੀ, ਰੋਟੀ ਘੱਲ ਦਿੱਤੀ, ਸਾਡੀ ਸਾਰੀ ਦਿਹਾੜੀ ਇਸੇ ਕੰਮ 'ਚ ਲੰਘਦੀ ਸੀ। ਆਹ ਹੁਣ ਆਪਾਂ ਰਲ ਮਿਲ ਕੇ ਆਪਣੇ ਪਤੀ ਦੇ ਨਾਲ ਮਿਹਨਤ ਕਰਨ ਡਏ ਬੈਠੇ ਹੁੰਦੇ ਇੱਥੇ ਠੰਡ ਦੇ ਵਿੱਚ ਨਹਿਰ ਦੇ ਉੱਤੇ। ਕਿੰਨੀਆਂ ਕੀਮਤਾਂ ਕਿੰਨੀਆਂ ਜਾਂਦੀਆਂ ਨੇ? ਅਕਸਰ ਲੋਕ ਕਹਿੰਦੇ ਨੇ ਕਿ ਡੋਰਾਂ ਮਹਿੰਗੀਆਂ ਨੇ, ਅਸਲੀਅਤ ਕੀ ਹੈ, ਇਸ ਦੀ ਕੀਮਤ ਕਿੰਨੀ ਹੁਣ ਇਹ ਹੈਗਾ? ਜੇ 12 ਤਾਰ ਧਾਗਾ ਜਿਹੜੀ 8 ਗੋਟ ਦੀ ਆ ਉਹ ਮਿਲੇਗੀ 750 ਦੀ, ਜਿਹੜੀ 4 ਆ ਉਹ 350 ਦੀ ਆ, ਜਿਹੜੀ 2 ਗੋਟ ਆ ਉਹ ਹੈਗੀ ਆ 170 ਰੁਪਏ ਦੀ ਆ। ਜਿੱਥੇ ਕਿ ਰੋਜ਼ਾਨਾ ਤੁਸੀਂ ਇੱਥੇ ਆਪਣੇ ਕੰਮ ਕਾਜ ਲਈ ਆਉਂਦੇ ਹੋ, ਤਾਂ ਘਰ ਵਪਾਰ ਜੋ ਸਾਰਾ ਹੈ ਕਾਰੋਬਾਰ, ਉਹ ਵੀ ਤੁਸੀਂ ਖੁਦ ਸਾਂਭਦੇ ਹੋ, ਕਰਦੇ ਸਾਰਾ ਸਮਾਂ ਕੱਢਦੇ? ਸਾਰਾ ਸਾਂਭ ਕੇ ਆਈਦਾ, ਮਾੜਾ ਮੋਟਾ ਕਰਕੇ ਘਰ ਦਾ, ਫਿਰ ਜਾ ਕੇ ਰਾਤ ਨੂੰ ਫਿਰ ਰੋਟੀ ਬਣਾਈਦੀ ਆ। ਹਾਂਜੀ, ਅਕਸਰ ਲੋਹੜੀ ਤੋਂ 3-3, 4-4 ਮਹੀਨੇ ਪਹਿਲਾਂ ਪਰਿਵਾਰ ਸਮੇਤ ਕਾਰੀਗਰ ਅੱਡਿਆਂ 'ਤੇ ਜਾ ਕੇ ਇਹਨਾਂ ਡੋਰਾਂ ਨੂੰ ਤਿਆਰ ਕਰਦੇ ਸੀ, ਔਰ ਇਸ ਨੂੰ ਹੱਥੀ ਜੋ ਕੱਚ ਹੈ ਉਹ ਲਗਾਇਆ ਜਾਂਦਾ ਸੀ, ਜਿਸ ਨਾਲ ਕਿ ਇਸ ਦੀ ਡੋਰ ਦੀ ਜੋ ਮਜ਼ਬੂਤੀ ਹੋਰ ਵੱਧਦੀ ਸੀ, ਔਰ ਵੱਖ ਵੱਖ ਆਕਾਰ ਦੇ ਵਿੱਚ ਜੋ ਵੱਖ ਵੱਖ ਜੋ ਕਹਿ ਸਕਦੇ ਹਾਂ ਨਾਵਾਂ ਦੇ ਨਾਲ ਡੋਰ ਜਾਣੀ ਜਾਂਦੀ ਸੀ। ਪਰ ਚਾਈਨੀਜ਼ ਡੋਰ, ਜਿਸਨੂੰ ਕਿ ਡਰੈਗਨ ਡੋਰ ਵੀ ਕਿਹਾ ਜਾਂਦਾ, ਉਸ ਤੋਂ ਆਉਣ ਤੋਂ ਬਾਅਦ ਲੋਕਾਂ ਨੂੰ ਕਈ ਆਪਣੇ ਨੁਕਸਾਨ ਵੀ ਝੇਲਣੇ ਪਏ, ਲੋਕ ਜ਼ਖਮੀ ਵੀ ਹੋਏ, ਔਰ ਇੱਥੋਂ ਤੱਕ ਕਿ ਕਈ ਪਰਿਵਾਰਾਂ ਦੇ ਜੀਵ ਵੀ ਇਸ ਦੁਨੀਆਂ ਨੂੰ ਉਸ ਡੋਰ ਦੇ ਸਦਕਾ ਅਲਵਿਦਾ ਗਏ। ਤਾਂ ਲੋਕਾਂ ਨੂੰ ਸਾਡਾ ਵੀ ਇਹੀ ਕਹਿਣਾ ਕਿ ਇਸ ਵਾਰ ਲੋਹੜੀ ਦਾ 2024 ਦੀ ਲੋਹੜੀ ਨੂੰ ਖੁਸ਼ੀਆਂ ਦਾ ਪੈਗਾਮ ਲੈ ਕੇ ਆਈਏ, ਰਵਾਇਤੀ ਡੋਰਾਂ ਦੇ ਨਾਲ ਪਤੰਗਬਾਜ਼ੀ ਕਰੀਏ ਕਿ ਤਾਂ ਜੋ ਇਸ ਤਿਉਹਾਰ ਦੀ ਜੋ ਹੋਂਦ ਹੈ ਉਹ ਬਰਕਰਾਰ ਰਹੇ, ਔਰ ਇਹ ਜੋ ਕਾਰੀਗਰ ਜਿਨ੍ਹਾਂ ਦੇ ਅਕਸਰ ਚਿਹਰੇ ਮਾਯੂਸ ਨਜ਼ਰ ਆਉਂਦੇ ਨੇ ਇਹਨਾਂ ਦਿਨਾਂ ਦੇ ਵਿੱਚ, ਅਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਵੀ ਰੋਸ਼ਨੀ ਦੀ ਮੁਸਕਰਾਹਟ ਲਿਆਈਏ ਕਿ ਤਾਂ ਜੋ ਇਹ ਵੀ ਆਪਣੇ ਜੀਵਨ ਦਾ ਗੁਜ਼ਾਰਾ ਸਹੀ ਢੰਗ ਨਾਲ ਕਰ ਸਕਣ। ਅੰਮ੍ਰਿਤਸਰ ਤੋਂ ਨਿਤਿਸ਼ ਸੱਭਰਵਾਲ, ਨਿਊਜ਼ 18 ਪੰਜਾਬ।